इस वेले की वड्डी खबर मोहाली तो आ रही है जिथे हुणे-हुणे इंटरनेशनल ड्रग रैकेट मामले दे विच जगदीश भोला नूं दोषी करार दे दिता गया। तीन मामलों के जगदीश भोला दोषी करारिया गया। होर की कुछ किया अदालत ने, यह जानने लई भोला के वकील नाल गलबात की है साडे पत्रकार अनमोल सिंह गुलाटी ने। दो हज़ार 2013 तो बहुचर्चित मामला जिहड़ा सीगा भोला ड्रग केस, उहदे विच अज फैसला आ चुका। भोले नूं जिहड़ा कि जगदीश भोला है उहनूं दोषी करार कर दिता गया। साडे नाल मौजूद ने भोले दी एडवोकेट। सर, किहड़े तुहाडे की कुछ दलील रखी गई सीगी अज ते की फैसला है? एक्चुअली अज सत्त मैटर सी जिन्हां 'च ऑर्डर आउणा सीगा। सत्त 'चों चार केसां 'च भोले नूं बरी कीता ते तीन केसां 'च कन्विक्शन हुई है। ਜਿਨ੍ਹਾਂ ਚੋਂ ਕਿਹੜੇ-ਕਿਹੜੇ ਕੇਸ ਸੀਗੇ, ਕਿਹੜੀ-ਕਿਹੜੀ ਐਲੀਗੇਸ਼ਨ ਲੱਗੀਆਂ? ਐਫ ਆਈ ਆਰ ਨੰਬਰ 50 ਮੋਸਟਲੀ ਜਿਹੜੇ ਕੇਸ ਸੀ ਐਨਡੀਪੀ ਸੈਕਟਰ ਦੇ ਅੰਡਰ ਸੀਗੇ ਸਾਰੇ। ਅਤੇ ਜਿੱਦਾਂ ਐਫ ਆਈ ਆਰ ਨੰਬਰ 50 ਸੀਗੀ, ਉਹਦੇ 'ਚ ਕੁੱਟ ਹੋਇਆ 92, 42, 69, ਇਹਨਾਂ 'ਚ ਕੁੱਟਲ ਹੋਈ ਆ। ਅਤੇ ਉਹ ਤੋਂ ਬਿਨਾਂ ਸੀ ਜਿਹੜੇ ਆਪਣੇ ਐਫ ਆਈ ਆਰ ਨੰਬਰ 56, 69 ਅਤੇ 45, ਤਿੰਨ ਕੇਸ ਸੀ ਜਿਨ੍ਹਾਂ 'ਚ ਕਨਵਿਕਸ਼ਨ ਹੋਈ ਆ। ਅਤੇ ਜਦੋਂ ਦੋਸ਼ੀ ਕਰਾਰ ਕਰ ਦਿੱਤਾ ਗਿਆ ਤਾਂ ਜਗਦੀਸ਼ ਭੋਲਾ ਦੇ ਰਿਐਕਸ਼ਨ ਕੀ ਸੀ ਉਸ ਟਾਈਮ? ਐਕਚੁਲੀ ਕਾਂਟ ਸੇ ਕਮੈਂਟ ਰਿਗਾਰਡਿੰਗ ਦੈਟ, ਬਟ ਵੀ ਆਰ ਐਕਸਪੈਕਟਿੰਗ ਦੈਟ ਵੀ ਵਿਲ ਬੀ ਕੁੱਟ, ਬਟ ਰਾਈਟ ਨਾਓ ਤੁਹਾਡੇ ਵੱਲੋਂ ਪੱਖ ਰੱਖਿਆ ਗਿਆ ਸੀਗਾ ਕਿ ਆਪਸੀ ਰੰਜਿਸ਼ ਦਾ ਮਾਮਲਾ ਹੈ, ਕਿ ਪੁਲਿਸ ਕੋਈ ਰੰਜਿਸ਼ ਨਿਕਾਲ ਰਹੀ ਹੈ ਜਿਹਦੇ ਕਰਕੇ ਇਹ ਸਾਰੇ ਚਾਰਜਿਸ ਲਾਏ ਗਏ ਨੇ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਅਤੇ ਅੰਦਰ ਇਸ ਗੱਲ 'ਚ ਕਿੰਨੇ ਮਤਲਬ ਧਿਆਨ ਦਿੱਤਾ ਗਿਆ ਕੋਰਟ ਵੱਲੋਂ? ਉਸ 4 ਕੇਸਾਂ 'ਚੋਂ ਬਰੀ ਹੋ ਗਏਗਾ, 3 ਕੇਸ ਪੈਂਡਿੰਗ ਨੇ ਜਿਹੜੇ 'ਚ ਕਨਵਿਕਸ਼ਨ ਹੋਈ ਹੈ। ਬਾਕੀ ਹੁਣ ਉਹਨਾਂ 'ਚ ਸਜ਼ਾ ਕਿੰਨੀ ਹੁੰਦੀ ਹੈ, 2:30 ਤੋਂ 3 ਵਜੇ ਦੇ ਕਰੀਬ ਜੱਜ ਸਾਹਿਬ ਨੇ ਮੈਟਰ ਰੱਖਿਆ, ਉਹ 'ਚ ਪਤਾ ਲੱਗ ਜੂ ਕਿ ਇੰਨਾ ਕੁ ਹੋਇਆ। ਅਤੇ ਬਾਕੀ ਆਰਡਰ ਦੀ ਕਾਪੀ ਆਉਣੀ ਆ, ਉਹਦੇ ਤੋਂ ਸਾਰਾ ਮੈਟਰ ਕਲੀਅਰ ਹੋਊਗਾ ਨਾ ਵੀ ਜਿਹੜਾ ਸਾਡਾ ਐਵੀਡੈਂਸ ਸੀ ਜਾਂ ਜੋ ਸਾਡੇ ਦਲੀਲਾਂ ਸੀ ਕੌਣ ਕੰਸੀਡਰ। ਇਨਵੋਲਵਮੈਂਟ ਕਿੰਨੇ ਕੋ ਦੱਸੀ ਗਈ ਹੈ ਕੋਰਟ ਵੱਲੋਂ? ਨਹੀਂ, ਕੋਰਟ ਦੇ ਜੱਜਮੈਂਟ ਤੋਂ ਕਲੀਅਰ ਹੋਣਾ ਨਾ, ਕੋਰਟ ਨੇ ਅਦਰਵਾਈਜ਼ ਤਾਂ ਕੋਈ ਰਿਮਾਰਕਸ ਨਹੀਂ ਓਪਨ ਕੋਰਟ 'ਚ ਕਰੇ। ਕਿਤੇ ਨਾ ਕਿਤੇ ਇੱਕ ਪੂਰ ਮੰਤਰੀ ਜਿਹੜੇ ਨੇ ਉਹਨਾਂ ਦਾ ਵੀ ਨਾਂ ਸੀਗਾ ਇਸ ਕੇਸ 'ਚ। ਤੁਸੀਂ ਮਤਲਬ ਤੁਹਾਡਾ ਕਹਿਣਾ ਸੀਗਾ ਕਿ ਬਈ ਕੁਛ ਲੋਕ ਨੇ ਜਿਹੜੇ ਇਨਵੋਲਵ ਨਹੀਂ ਗਏ, ਮੰਤਰੀ ਵਗੈਰਾ, ਉਹਨਾਂ ਦਾ ਕੀ ਬਣਿਆ? ਬਟ ਦੇ ਵਰ ਨੋਟ ਦਾ ਅਕਿਊਜ਼ਡ ਇਨ ਦਿਸ ਕੇਸ। ਦਾ ਜਿਹੜਾ ਕੇਸ ਸੀ ਜਸਟ ਉਹਨਾਂ ਦੇ ਅਗੇਂਸਟ ਸੀ, ਜਿਨ੍ਹਾਂ ਅਗੇਂਸਟ ਕੋਈ ਚਲਾਨ ਸੀ ਜਾਂ ਪੁਲਿਸ ਨੇ ਕੋਈ ਫਾਈਲ ਰੱਖੀ ਆ ਉਹਨਾਂ ਦੇ ਅਗੇਂਸਟ ਸੀ, ਅਦਰਵਾਈਜ਼ ਇਸ ਤੋਂ ਬਾਅਦ ਤੁਹਾਡਾ ਕੀ ਹੁਣ ਸਟੈਪ ਹੋਊਗਾ? ਅਪੀਲ ਫਾਈਲ ਕਰਨੀ ਆ ਇਹ ਆਰਡਰ ਦੇ ਅਗੇਂਸਟ ਹਾਈ ਕੋਰਟ। ਧੰਨਵਾਦ ਜੀ। ਆ ਸੀਗੇ ਸਾਡੇ ਨਾਲ ਜਗਦੀਸ਼ ਭੋਲਾ ਦੇ ਕਾਉਂਸਲ, ਜਗਦੀਸ਼ ਭੋਲਾ ਦੇ ਐਡਵੋਕੇਟ, ਜਿਨ੍ਹਾਂ ਨੇ ਦੱਸਿਆ ਕਿ ਹੁਣ ਇੱਥੇ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਅਤੇ ਹੁਣ ਇਸ ਫੈਸਲੇ ਨੂੰ ਇਹ ਚੈਲੰਜ ਕਰਨਗੇ ਹਾਇਰ ਕੋਰਟ 'ਚ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਮੋਹਾਲੀ।